ਜਗਦੀਸ਼ ਭੋਲਾ ਨਸ਼ਾ ਤਸਕਰੀ ਕੇਸ ਵਿੱਚ ਲੋੜੀਂਦੇ ਖਤਰਨਾਕ ਗੈਂਗਸਟਰ ਰਵੀ ਦਿਓਲ ਨੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਗੈਂਗਸਟਰ ਦਿਓਲ ਤੇ ਨਸ਼ਾ ਤਸਕਰੀ ਸਮੇਤ ਕੁੱਲ 7 ਕੇਸ ਦਰਜ ਨੇ। 2013 ਵਿੱਚ ਪੁਲਿਸ ਨੇ ਰਵੀ ਦਿਓਲ ਦੇ ਘਰੋਂ 5 ਕਿਲੋ ਆਈਸ ਤੇ 90 ਕਿਲੋ ਹੋਰ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। ਇਹ ਸੂਡੋ ਫਰੇਡਰਾਈਨ ਖਿਡਾਰੀਆਂ ਵੱਲੋਂ ਆਪਣੀ ਸਮਰੱਥਾ ਵਧਾਉਣ ਲਈ ਖਾਧਾ ਜਾਂਦਾ ਹੈ। ਉਸਨੇ ਸਮਰਪਣ ਤੋਂ ਪਹਿਲਾਂ ਯੂਟਿਊਬ ਤੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ, ਜਿਸ ਵਿੱਚ ਉਸਨੇ ਪੁਲਿਸ ਵੱਲੋਂ ਉਸਦੇ ਰਿਸ਼ਤੇਦਾਰ ਰਾਮ ਸਿੰਘ ਵਿਰੁੱਧ ਦਰਜ ਕੇਸ ਨੂੰ ਝੂਠਾ ਦੱਸਿਆ ਤੇ ਉਸਨੂੰ ਬੇਕਸੂਰ ਵੀ ਕਿਹਾ। ਸਮਰਪਣ ਤੋਂ ਬਾਅਦ ਰਵੀ ਦਿਓਲ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਹੈ। ਸੰਗਰੂਰ ਦੇ ਪੁਲਿਸ ਕਪਤਾਨ ਮਨਦੀਪ ਸਿੱਧੂ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਇਲਜ਼ਾਮ ਲੱਗਣ ਤੋਂ ਪਹਿਲਾਂ ਉਹ ਭਾਰਤ ਦੇ ਕੌਮਾਂਤਰੀ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਵਧੀਆ ਮਿੱਤਰ ਸੀ। ਰਵੀ ਦਿਓਲ ਆਪਣੇ ਗੀਤ ਸਾਡਾ ਨੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਤੋਂ ਮਸ਼ਹੂਰ ਹੋਇਆ ਸੀ। ਉਸ ਦੀਆਂ 3 ਐਲਬਮਾਂ ਵੀ ਰਿਲੀਜ਼ ਕੀਤੀਆਂ ਹੋਈਆਂ ਨੇ। ਇਸ ਸਮੇਂ ਉਹ ਚੰਡੀਗੜ੍ਹ ਦੇ ਸੰਗੀਤ ਦੀ ਵਿਸ਼ੇਸ਼ ਸਿਖਲਾਈ ਲੈ ਰਿਹਾ ਹੈ ਤੇ ਆਪਣੇ ਨਵੇਂ ਵੀਡੀਓ ਤੇ ਕੰਮ ਵੀ ਕਰ ਰਿਹਾ ਸੀ। ਸੰਜੀਵ ਮਹਿਤਾ, ਮੁੱਖ ਸੰਪਾਦਕ, ਦਿਵਿਆ ਪੰਜਾਬ ਟੀਵੀ।